ਕੋਰੋਨਾ ਹੋਣ ਤੋਂ ਬਾਅਦ ਹਰ ਕੋਈ ਇਸ ਲੜਾਈ ਵਿੱਚ ਲੱਗੇ ਡਾਕਟਰਾਂ ਦਾ ਧੰਨਵਾਦ ਕਰਦਾ ਨਹੀਂ ਥੱਕ ਰਿਹਾ। ਕੋਈ ਤਾੜੀਆਂ ਮਾਰ ਕੇ ਅਤੇ ਕੋਈ ਫੁੱਲ ਸੁੱਟ ਕੇ ਆਪੋ ਆਪਣੇ ਤਰੀਕੇ ਨਾਲ ਡਾਕਟਰਾਂ ਦਾ ਸ਼ੁਕਰੀਆ ਅਦਾ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ। ਪਰ ਅੱਜ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਡਾਕਟਰ ਅਤੇ ਨਰਸ ਖੁਦ ਇੱਕ ਟੈਕਸੀ ਡਰਾਈਵਰ ਲਈ ਤਾੜੀਆਂ ਮਾਰਦੇ ਨਜ਼ਰ ਆ ਰਹੇ ਨੇ। ਜੇ ਨਹੀਂ ਇਹ ਟੈਕਸੀ ਡਰਾਈਵਰ ਕੋਰੋਨਾ ਨਾਲ ਠੀਕ ਨਹੀਂ ਹੋਇਆ ਸਗੋਂ ਕੋਈ ਹੋਰ ਹੀ ਮਾਮਲਾ ਹੈ। ਵੀਡੀਓ ਸਪੇਨ ਦੀ ਹੈ। ਅਸਲ ਵਿੱਚ ਵੀਡੀਓ 'ਚ ਦਿਖਾਈ ਦੇ ਰਿਹਾ ਟੈਕਸੀ ਡਰਾਈਵਰ ਮਰੀਜ਼ਾਂ ਨੂੰ ਆਪਣੀ ਟੈਕਸੀ 'ਚ ਮੁਫਤ ਹਸਪਤਾਲ ਤੱਕ ਛੱਡਣ ਦਾ ਕੰਮ ਕਰਦਾ। ਜਿਸ ਤੋਂ ਬਾਅਦ ਜਦੋਂ ਡਾਕਟਰਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਟੈਕਸੀ ਡਰਾਈਵਰ ਨੂੰ ਕਾਲ ਕੀਤੀ ਅਤੇ ਕਿਹਾ ਕਿ ਇੱਕ ਮਰੀਜ਼ ਨੂੰ ਕਿਧਰੇ ਛੱਡ ਕੇ ਆਉਣਾ। ਜਿਵੇਂ ਹੀ ਟੈਕਸੀ ਡਰਾਈਵਰ ਹਸਪਤਾਲ ਦੇ ਅੰਦਰ ਵੜਿਆ ਤਾਂ ਹਸਪਤਾਲ ਸਟਾਫ ਨੇ ਉਸ ਦੀ ਹੌਸਲਾ ਅਫਜਾਈ ਲਈ ਨਾ ਸਿਰਫ ਤਾੜੀਆਂ ਮਾਰੀਆਂ ਸਗੋਂ ਉਸ ਨੂੰ ਪ੍ਰਸ਼ੰਸਾ ਪੱਤਰ ਦੇ ਨਾਲ ਨਾਲ ਪੈਸਿਆਂ ਦਾ ਲਿਫਾਫਾ ਵੀ ਦਿੱਤਾ ਗਿਆ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।